ਹੈਲੋ एवरीवन वेलकम ਬੈਕ ਅਗੇਨ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਵੱਡੀ ਗੁੱਡ ਨਿਊਜ਼ ਮੈਂ ਲੈ ਕੇ ਆ ਚੁੱਕਿਆ ਹਾਂ ਪੰਜਾਬ ਡਿਪਾਰਟਮੈਂਟ ਦੇ ਵੱਲੋਂ ਪੰਜਾਬ ਗਵਰਨਮੈਂਟ ਦੇ ਵੱਲੋਂ ਇੱਕ ਹੋਰ ਭਰਤੀ ਦਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਔਰ ਬਹੁਤ ਹੀ ਵੱਡੀ ਭਰਤੀ ਹੈ ਜਿਹੜੀ ਇਹ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਮੋਸਟ ਅਵੇਟਡ ਨੋਟੀਫਿਕੇਸ਼ਨ ਸੀਗਾ ਬਹੁਤ ਸਾਰੇ ਦੇ ਕਮੈਂਟਸ ਵੀ ਦੇਖਣ ਨੂੰ ਮਿਲਦੇ ਸੀ ਕਿ ਮੈਮ ਇਹ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਕਦ ਰਿਲੀਜ਼ ਕੀਤਾ ਜਾਊਗਾ ਤਾਂ ਫਾਈਨਲੀ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤਾ ਗਿਆ ਪੰਜਾਬ ਗਵਰਨਮੈਂਟ ਦੇ ਵੱਲੋਂ ਆਪਾਂ ਸਾਰੀ ਚੀਜ਼ਾਂ ਡਿਟੇਲ ਦੇ ਵਿੱਚ ਕਵਰ ਕਰਾਂਗੇ ਕਿਹੜੀ ਕਿ ਵੈਕੈਂਸੀਜ਼ ਦੇ ਵਿੱਚ ਆਊਟ ਕੀਤੇ ਗਏ ਆ ਪੋਸਟ ਚੁਆਇਸ ਕੀ ਐਲੀਜੀਬਿਲਟੀ ਰੈਨ ਹੈ ਨਾ ਕਿਦਾਂ ਤੁਸੀਂ ਇਹਦੇ ਵਾਸਤੇ ਸਟੈਪ ਬਾਈ ਸਟੈਪ ਅਪਲਾਈ ਕਰਨਾ ਹੈ ਕਿਦਾਂ ਤੁਹਾਡੀ ਇਹਦੇ ਵਿੱਚ ਸਿਲੈਕਸ਼ਨ ਐਂਡ ਜੁਆਇਨਿੰਗ ਹੋਣ ਆਲੀ ਹੈ ਸਾਰੀ ਚੀਜ਼ਾਂ ਨੂੰ ਆਪਾਂ ਡਿਟੇਲ ਚ ਕਵਰ ਕਰਾਂਗੇ ਤੁਸੀਂ ਵੀਡੀਓ ਨੂੰ ਸਟਾਰਟਿੰਗ ਤੋਂ ਐਂਡ ਤੱਕ ਜ਼ਰੂਰ ਦੇਖਿਓ ਬਿਕੋਜ਼ ਵੀਡੀਓ ਦਾ ਹਰ ਇੱਕ ਪਾਰ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਆਲਾ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਇਸੇ ਤਰ੍ਹਾਂ ਚਾਹੁੰਦੇ ਹੋ ਹਰ ਇੱਕ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀਡੀਓ ਆ ਰਹੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਤਾਂ ਬਾਕੀ ਇਸ ਤੋਂ ਇਲਾਵਾ ਜਿਹੜੇ ਵੈਕੈਂਸੀਜ਼ ਆਈਆਂ ਹੋਈਆਂ ਸਾਡੀ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਗਿਆ ਹੈ ਉੱਥੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਕੇ ਜਿਹੜੀਆਂ ਇਸ ਤੋਂ ਇਲਾਵਾ ਵੈਕੈਂਸੀਜ਼ ਆਈਆਂ ਉਹਦੇ ਲਈ ਅਪਲਾਈ ਜਿਹੜਾ ਉਹ ਤੁਸੀਂ ਕਰ ਸਕਦੇ ਆ ਕੋਈ ਵੀ ਤੁਹਾਡਾ ਕੋਈਰੀ ਹੁੰਦੀ ਹੈ ਕਿਸੇ ਵੀ ਨੋਟੀਫਿਕੇਸ਼ਨ ਦੇ ਰਿਗਾਰਡਿੰਗ ਚਾਹੇ ਉਹ ਪੰਜਾਬ ਸਟੇਟ ਦਾ ਹੋਵੇ ਚਾਹੇ ਉਹ ਸੈਂਟਰਲ ਡਿਪਾਰਟਮੈਂਟ ਦਾ ਹੋਵੇ ਤੁਸੀਂ ਜਿਹੜਾ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਡੈਫੀਨਿਟਲੀ ਰਿਪਲਾਈ ਮਿਲੂ ਪ੍ਰੈਸ ਕਰਿਓ ਜ਼ਿਆਦਾ ਟਾਈਮ ਨਹੀਂ ਲਏਦੇ ਸਿੱਧਾ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਲੇਟੈਸਟ ਵੈਕੈਂਸੀਜ਼ ਦੇ ਬਾਰੇ ਜਿਹੜੀਆਂ ਕਿ ਪੀਐਸਪੀਸੀਐਲ ਦੀਆਂ ਔਰ ਜਿਹੜੀਆਂ ਆਊਟ ਕੀਤੀਆਂ ਗਈਆਂ ਆ ਔਰ ਇੱਕ ਨਵਾਂ ਨੋਟੀਫਿਕੇਸ਼ਨ ਹੈ ਪਹਿਲਾਂ ਵੀ ਤੁਸੀਂ ਇੱਕ ਨੋਟੀਫਿਕੇਸ਼ਨ ਦੇਖਿਆ ਹਾਂਗਾ ਹੁਣ ਇੱਕ ਬਿਲਕੁਲ ਨਵਾਂ ਨੋਟੀਫਿਕੇਸ਼ਨ ਹੈ ਜਿਹੜਾ ਹੁਣੇ-ਹੁਣੇ ਆਊਟ ਕੀਤਾ ਹੈ ਅੱਜ ਹੀ ਆਊਟ ਕੀਤਾ ਗਿਆ ਆ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਇਹਦੇ ਵਿੱਚ ਗੱਲ ਕਰਾਂਗੇ ਠੀਕ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਚਲੋ ਕੰਪਲੀਟ ਜਾਣਕਾਰੀ ਵਾਸਤੇ ਚੱਲਦੇ ਆ ਆਪਾਂ ਆ ਫਾਰਮੈਂਟਸ ਹੈ ਕਿਦਾਂ ਤੁਸੀਂ ਅਪਲਾਈ ਕਰਨਾ ਹੈ ਸੋ ਅਸੀਂ ਆ ਚੁੱਕੇ ਹਾਂ ਆਪਣੀ ਅਫੀਸ਼ੀਅਲ ਸਾਈਟ ਦੇ ਉੱਤੇ ਜਿੱਥੇ ਆਪਾਂ ਗੱਲ ਕਰਦੇ ਪਿਆ ਲੇਟੈਸਟ ਵੈਕੈਂਸੀਜ਼ ਦੇ ਬਾਰੇ ਜਿਹੜੀਆਂ ਕਿ ਹੁਣੇ-ਹੁਣੇ ਰਿਲੀਜ਼ ਕੀਤੀਆਂ ਗਈਆਂ ਪੀਐਸਪੀਐਲ ਦੇ ਵੱਲੋਂ ਬਹੁਤ ਸਾਰੇ ਦੇ ਕਮੈਂਟਸ ਆ ਰਹੇ ਕੀ ਇਹਦੇ ਚ ਕੁਆਲਿਫੀਕੇਸ਼ਨ ਰਹਿਣ ਵਾਲੀ ਆ ਕੁੜੀਆਂ ਮੁੰਡੇ ਦੋਨੋਂ ਅਪਲਾਈ ਕਰ ਸਕਦੇ ਆ ਕਿ ਆ ਇਹਦੇ ਚ ਰਿਕੁਆਇਰਮੈਂਟਸ ਆ ਉਹ ਆਪਾਂ ਸਾਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ ਠੀਕ ਹੈ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਹਦੇ ਲਈ ਤੁਸੀਂ ਅਪਲਾਈ ਕਰ ਸਕਦੇ 9 ਤਰੀਕ ਤੋਂ ਲਾਸਟ ਡੇਟ 1 ਮਾਰਚ ਰੱਖੀ ਗਈ ਹੈ ਜੀ ਨੋਟੀਫਿਕੇਸ਼ਨ ਦੇ ਵਾਸਤੇ ਐਕਸਟੈਂਡ ਹੋਈ ਤਾਂ 2-3 ਰ ਐਡਵਰਟਾਈਜ਼ਮੈਂਟ ਨੰਬਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਲੇਕਿਨ ਤੁਸੀਂ ਸਾਰੀ ਚੀਜ਼ਾਂ ਧਿਆਨ ਨਾਲ ਸਮਝੋ ਤੁਹਾਡੀ ਸਿਲੇਕਸ਼ਨ ਵਿੱਚ ਕਿੱਦਾਂ ਹੋਣ ਵਾਲੀ ਹੈ ਤਾਂ ਹੀ ਤੁਹਾਨੂੰ ਇਸ ਸਿਲੇਕਸ਼ਨ ਜਿਹੜੀ ਆ ਉਹ ਮਿਲੋਗੇ ਠੀਕ ਹੈ ਇਹਦੇ ਵਿੱਚ ਐਪਲੀਕੇਸ਼ਨ ਫੀ ਦੀ ਆਪਾਂ ਗੱਲ ਕਰੀਏ ਜਨਰਲ ਓਬੀਸੀ ای ਡਬਲਯੂ ਐਸ ਲਈ 944 ਹੈ ਠੀਕ ਹੈ ਉਹਦੇ ਵਿੱਚ ਉਸ ਤੋਂ ਬਾਅਦ ਐਸ ਸੀ ਐਸਟੀ ਐਕਸ ਸਰਵਿਸਮੈਨ ਦੇ ਲਈ 590 ਹੈ ਆਨਲਾਈਨ ਐਪਲੀਕੇਸ਼ਨਸ ਇਨਵਾਈਟਡ ਹੈ ਠੀਕ ਹੈ ਜਿੱਥੇ ਲਈ ਤੁਸੀਂ ਆਪਣੇ ਆਪ ਨੂੰ ਪਹਿਲਾਂ ਰਜਿਸਟਰ ਕਰਨਾ ਹੈ ਉਸ ਤੋਂ ਬਾਅਦ ਲੌਗਇਨ ਕਰਕੇ ਅਪਲਾਈ ਤੁਸੀਂ ਕਰ ਸਕਦੇ ਆਂ ਵੈਕੈਂਸੀਜ਼ ਦੀ ਆਪਾਂ ਗੱਲ ਕਰੀਏ ਇਹਦੇ ਵਿੱਚ ਜੇਈ ਦੀ ਔਰ ਸਿਵਲ ਦੇ ਵੈਕੈਂਸੀ ਦਾ 540 ਵੈਕੈਂਸੀ ਜਿਹੜੀਆਂ ਵਾ ਉਹ ਇਹਦੇ ਵਿੱਚ ਜਿਹੜੀਆਂ ਰਹਿਣ ਆ ਲਈਆਂ ਠੀਕ ਹੈ ਤਾਂ ਬਹੁਤ ਹੀ ਵਧੀਆ ਮੌਕਾ ਤੁਹਾਡੇ ਵਾਸਤੇ ਦੇ ਵਿੱਚ ਆ ਹੋ ਚੁੱਕਾ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਜੀ ਗੱਲ ਕਰੀਏ ਇਹਦੇ ਵਿੱਚ ਏਜ ਲਿਮਿਟ ਦੀ ਮਿਨੀਮਮ 18 ਮੈਕਸਮ 37 ਪਲੱਸ ਤੋਂ ਇਹਦੇ ਵਿੱਚ ਰਿਲੈਕਸੇਸ਼ਨ ਵੀ ਮਿਲਣ ਆ ਲਿਆ ਮੈਂ ਤੁਹਾਨੂੰ ਕੰਪਲੀਟ ਇਹਦਾ ਲਿੰਕ ਜਿਹੜਾ ਹੈ ਨਾ ਹਵਾਲਾ ਜਿੱਥੋਂ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੱਸ ਰਹੀ ਹਾਂ ਉਹ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੈ ਸਿੱਧਾ ਕਲਿੱਕ ਕਰਕੇ ਸਾਰਾ ਕੁਝ ਚੈੱਕ ਕਰ ਲਓ ਇੱਥੋਂ ਠੀਕ ਹੈ ਰਿਟਨ ਐਗਜ਼ਾਮ ਤੁਹਾਡਾ ਹੋਊਗਾ ਡਾਕੂਮ ਉਸ ਤੋਂ ਬਾਅਦ ਜਪਾਇ ਦੀ ਗੱਲ ਕਰੀ ਐਗਜ਼ਾਮ ਪੈਟਰਨ ਦੀ ਠੀਕ ਹੈ ਇਹਦੇ ਵਿੱਚ ਦੇਖੋ professionnal knowledge ਨਾਲ ਰਿਲੇਟਿਡ 70 ਕੁਐਸਚਨ 70 ਮਾਰਕਸ ਦੇ ਆ ਰੀਜ਼ਨਿੰਗ ਦੇ 10 ਕੁਐਸਚਨ 10 ਮਾਰਕਸ ਦੇ ਜਨਰਲ ਨੌਲੇਜ ਦੇ 10 ਕੁਐਸਚਨ 10 ਮਾਰਕਸ ਦੇ ਜਨਰਲ ਇੰਗਲਿਸ਼ ਦੇ 10 ਕੁਐਸਚਨ 10 ਮਾਰਕਸ ਦੇ ਮਤਲਬ 100 ਕੁਐਸਚਨ 100 ਮਾਰਕਸ ਦੇ ਦਿੱਚੇ ਰੈਨ ਆ ਲਿਆ ਇਹ ਤੁਹਾਨੂੰ ਐਗਜ਼ਾਮ ਸਿਲੇਬਸ ਸਾਰਾ ਦੇਖਣ ਨੂੰ ਮਿਲ ਜਾਂਦਾ ਹੈ ਸਬਜੈਕਟ ਵਾਈਜ਼ ਤੁਸੀਂ ਸਾਰਾ ਐਗਜ਼ਾਮ ਸਿਲੇਬਸ ਇੱਥੋਂ ਦੇਖ ਕੇ ਇਹਦੇ ਲਈ ਜਿਹੜਾ ਅਪਲਾਈ ਕਰ ਸਕਦੇ ਆ ਇੱਥੇ ਤੁਹਾਨੂੰ ਜਿਹੜਾ ਸ਼ਾਰਟ ਨੋਟੀਫਿ ਠੀਕ ਹੈ ਅਲਗ-ਅਲਗ ਕੁਆਲੀਫਿਕੇਸ਼ਨ ਇਹਦੇ ਵਿੱਚ ਜਿਹੜੀਆਂ ਉਹ ਰੈਨ ਆ ਲਈ ਹੈ ਠੀਕ ਹੈ ਇਹਦੇ ਵਾਸਤੇ ਤੁਸੀਂ ਇੱਥੇ ਕਲਿੱਕ ਕਰਕੇ ਅਪਲਾਈ ਕਰ ਸਕਦੇ ਆ ਮੈਂ ਤੁਹਾਨੂੰ ਇਹਦਾ ਲਿੰਕ ਦਿੱਤਾ ਹੈ ਡਿਸਕ੍ਰਿਪਸ਼ਨ 'ਚ ਇਹ ਵਾਲਾ ਠੀਕ ਹੈ ਸਾਰੀ ਇਨਫੋਰਮੇਸ਼ਨ ਤੁਸੀਂ ਇੱਥੋਂ ਲੈ ਕੇ ਇਹਦੇ ਲਈ ਤੁਸੀਂ ਸਾਰਾ ਨੋਟੀਫਿਕੇਸ਼ਨ ਰੀਡ ਕਰਕੇ ਅਪਲਾਈ ਕਰ ਲਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ ਕਰਿਓ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਉਹਦਾ ਸਭ ਤੋਂ ਪਹਿਲਾਂ ਆ ਜਾਏਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਚਲੋ ਅੱਜ ਵਾਸਤੇ ਐਨਾਈ ਹੁਣ ਜਿੱਦਾਂ ਹੀ ਅਗਲਾ ਨੋਟੀਫਿਕੇਸ਼ਨ ਆਊਗਾ ਪੰਜਾਬ ਸਟੇਟ ਦੀ ਵੈਕੈਂਸੀ